दीदी अज गाजरां सब्जी चाढ़ देनी है। गाजर की बनावे दाल नहीं जी करता। अच्छा बीजी मैं ताडे आल आई हां। हां दस मेरा जी करन डया भी मैं भाभी उना को जाके आवां, दिने दिने जाके आ जाना वा। हो ते आ पर जोबन नु पूछ ला। ओ कोई गल नहीं, मैं जोबन नु पूछया वा। मैं चलो का बड्डियां दी सलाह लेनी जरूरी आ। चलो मैं ते कह ही देना ओ ना लड़े तेरे ना। नहीं नहीं लड़दा ते मैं दीदी जावां। सुन गल मेरी प्रीत, केड़ी काम वाल तत्ती फटी चली आए। जोबन नहीं क्या वा उनू हां, जाके अपनी भरजाई ना सलाह करे ते उनू कलावे परमजीत आल। अच्छा उनां दी भी रिश्तेदारी आ हां, ते थोड़ा बहुता समझा के आवे भी रिश्तेदारी दा मामला वा, ते इदा चंगे नहीं लगीदा तां चलियो। हां कि जिहड़ी कुड़ी साडी तंग करदी इन्ना। गलती ते दविंदर ने कर ली पर हुण फस गई आ। फस गई आ, डरदी भी आ जोबन को। हुण जोबन दा सुभाव ही कौड़ा वा, भरा कौड़े आ। हां ਨੀ ਨਿਕੀਆਂ ਗੱਲਾਂ ਨੂੰ ਇਹ ਤਾਂ ਮੁੜ ਕੇ ਵੱਡੀਆਂ ਬਣ ਜਾਂਦੀਆਂ। ਤੇਰਾ ਤੇ ਦਿਲ ਵੀ ਕੋ ਮੰਨਦਾ, ਅਜੇ ਡੁੱਲਿਆ ਵੇਲਾ ਦਾ ਕੁਝ ਨਹੀਂ ਵਿਗੜਿਆ, ਕੋਈ ਨਿਆਣਾ ਨੀਗਾ ਤੇ ਮੈਂ ਤੇ ਆਨੀ ਆ ਵੀ ਪਰਾ ਛੱਡੋ ਇਹ ਜੀ ਨੂੰ। ਉਹ ਬੀਜੀ ਕਹਿਣਾ ਬੜਾ ਸੌਖਾ ਵਾ ਪਰ ਇਹੋ ਜਿਹੇ ਕੰਮ ਕਰਨੇ ਬੜੇ ਔਖੇ ਆ। ਤੇ ਇਹੋ ਜਿਹੇ ਦੁੱਖ ਸੁਣੇ ਵੀ ਨਹੀਂ ਜਾਂਦੇ। ਧੀ ਪੁੱਤ ਕੀ ਆਂਦੇ ਹੁੰਦੇ, ਬੱਜਾ ਰਾਤ ਜਿਹਾ ਹੋ ਜਾਂਦਾ ਵਾ, ਦੋਹਰੇ ਕਰੀਏ ਤੇ ਉਹ ਜਿਹਾ ਰਿਸ਼ਤਾ ਨਹੀਂ ਮਿਲਦਾ। ਭਾਵੇਂ ਧੀ ਪੁੱਤ ਵਿਆਹਿਆ 6 ਮਹੀਨੇ ਤੇ ਭਾਵੇਂ 2-4 ਸਾਲ, ਵਿਆਹ ਤਾਂ ਹੋ ਹੀ ਜਾਂਦਾ ਵਾ ਨਾ। ਸਾਡੀ ਤਾਂ ਰੀਝ ਵੀ ਨਹੀਂ ਲੱਥੀ ਧੀ ਵਿਆਹੀ ਦੀ, ਨਾ ਧੀ ਕੋ ਗਏ ਨਾ ਬੈਠੇ। ਉਹ ਕੋਈ ਗੱਲ ਨਹੀਂ, ਕੀ ਪਤਾ ਸੁਧਰ ਹੀ ਜਾਣ, ਸੁੱਖ ਨੇ ਬਾਹਰ ਚਲ ਜਾਣਾ ਵਾ। ਅਸੀਂ ਬੈੜੀ ਆ ਤੇ ਇਹਨੂੰ ਕੀ ਕਹਿਣਾ ਵਾ, ਅਸੀਂ ਤੇ ਇਹ ਸੋਚਨੇ ਆ। ਕੋਈ ਗੱਲ ਨਹੀਂ, ਜਾ ਆਉਂਦੇ ਪਰਮਜੀਤ ਨੂੰ, ਰਿਸ਼ਤੇਦਾਰੀ ਦਾ ਬੜਾ ਫਰਕ ਹੋ ਜਾਂਦਾ, ਆਪੇ ਕਹਿ ਕੇ ਆਊਗੀ। ਕੋਈ ਲੋ ਲਿਹਾਜ਼ ਕੋਈ ਸ਼ਰਮ ਵੀ ਹੁੰਦੀ ਆ ਬੰਦੇ ਨੂੰ ਭੈਣ ਭਰਾਵਾਂ ਦੀ। ਇਹ ਤੇ ਗੱਲ ਹੈ ਵਾ, ਹਾਂ ਉਹਨਾਂ ਦੀ ਸ਼ਰਮ ਨਾ ਕਰੂਗੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ? ਹਾਂਜੀ ਠੀਕ ਠਾਕ, ਵਧੀਆ। ਹੋਰ ਕਿੱਦਾਂ ਵੀਰਜੀ ਹੁਣੀ? ਠੀਕ ਠਾਕ, ਹਾਂ ਠੀਕ ਆ। ਬੱਚੇ ਗਏ ਸਕੂਲ? ਨਹੀਂ, ਬੱਚਾ ਅੱਜ ਛੁੱਟੀ ਸੀ। ਅੱਛਾ ਅੱਛਾ, ਹਾਂ। ਕਿੱਥੇ ਗਏ ਬੱਚੇ ਭਾਬੀ? ਬੱਚੇ ਘਰੇ ਹੀ ਨੇ। ਅੱਛਾ ਅੱਛਾ, ਤਾਂ ਜੀ ਬਹਿ ਮੈਂ ਪਾਣੀ ਲਿਆਵਾਂ? ਨਹੀਂ ਨਹੀਂ ਪਾਣੀ ਨਹੀਂ ਪੀਣਾ, ਬਹਿ ਜਾਓ। ਕਿਉਂ, ਕੀ ਗੱਲ ਵਾ? ਹਾਏ ਨਹੀਂ, ਠੰਡ ਬੜੀ ਆ। ਹਾਂ ਜੀ, ਨਹੀਂ ਆਏ ਨਾਲ? ਉਹ ਫਿਰ ਤੈਨੂੰ ਪਤਾ ਦੁਕਾਨ ਦਾ ਕੰਮ, ਦੁਕਾਨ ਵੀ ਨਹੀਂ ਛੱਡੀ ਜਾਂਦੀ। ਅੱਛਾ, ਦਵਿੰਦਰ ਕੀ ਗੱਲ ਆ, ਕੋਈ ਪਰੇਸ਼ਾਨੀ ਆ? ਫੋਨ ਵੀ ਨਹੀਂ ਕੀਤਾ ਅਚਾਨਕ। ਹਾਂ ਭਾਬੀ, ਇਦਾਂ ਦੀ ਗੱਲ ਹੀ ਆ, ਬਹਿ ਜਾਓ ਤੁਸੀਂ ਦੱਸ ਦੀ। ਚੱਲ ਕੋਈ ਨਹੀਂ, ਤੂੰ ਬਹਿ, ਮੈਂ ਚਾਹ ਪਾਣੀ ਬਣਾ। ਨਹੀਂ ਨਹੀਂ, ਚਾਹ ਬਾਅਦ ਚ ਪੀਣੀ ਆ, ਪਹਿਲਾਂ ਮੈਂ ਗੱਲ ਕਰਨੀ ਤੁਹਾਡੇ ਨਾਲ, ਬਹਿ ਜਾਓ। ਕਿਉਂ, ਕੀ ਗੱਲ, ਕੀ ਹੋ ਗਿਆ? ਉਹ ਕਰਨਾ ਕੁਰਨਾ ਕੀ? ਉਹ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਹਾਂ, ਹੋਰ ਸਕੂਲ ਛੁੱਟੀ ਅੱਜ? ਹਾਂਜੀ। ਅੱਛਾ ਅੱਛਾ, ਚਲੋ ਜਾਓ ਖੇਡੋ, ਕੋਈ ਚਾਹ। ਤੈਨੂੰ ਤੇ ਪਤਾ ਹੀ ਆ ਮੈਂ ਰਿਸ਼ਤਾ ਨਹੀਂ ਕਰਾਇਆ। ਪਰਮਜੀਤ ਉਦੋਂ ਆਉਂਦੀ ਸੀ ਵੀ ਮੇਰੇ ਮੁੰਡੇ ਨੂੰ ਰਿਸ਼ਤਾ ਕਰਾ ਦੇ, ਉਦੋਂ ਤੇ ਮੈਂ ਰਿਸ਼ਤਾ ਕਰਾ ਬੈਠੀ, ਪਰ ਉਹ ਤੇ ਹੁਣ ਗੱਲਾਂ ਹੀ ਨਹੀਂ ਚੰਗੀਆਂ ਕਰਦੀ। ਕੁੜੀ ਨੂੰ ਇੰਨੀ ਤੰਗੀ ਦੇਣ ਡਈ ਆ ਵੀ ਹੱਦੋਂ ਬਾਹਰੀ। ਮੈਂ ਤਾਂ ਤੇਰੇ ਵੱਲ ਆਈ ਆ, ਉਹ ਵੀ ਮੈਨੂੰ ਜੋਬਨ ਨੇ ਸਲਾਹ ਦਿੱਤੀ ਵੀ ਤੂੰ ਆਪਣੀ ਭਾਬੀ ਵੱਲ ਜਾ, ਜਿੰਨੀ ਭੈਣ ਤੇਰੀ ਆ ਉਨੀ ਉਹਦੀ ਆ, ਤੇ ਕੋਹ ਨੂੰ ਸਮਝਾਊਗੀ। ਤੇ ਮੈਂ ਤੇ ਭਾਬੀ ਤੇਰੇ ਵੱਲ ਆਈ ਆ ਤੇ ਤੂੰ ਉੱਥੇ ਜਾ, ਉਹਨੂੰ ਜਿਹੜੀ ਖਿੱਚ ਕੇ ਆ ਮਾੜਾ ਜਿਹਾ, ਤੇਰੀ ਉਹਨੇ ਮੰਨ ਲੈਣੀ ਆ। ਦਵਿੰਦਰ ਤੈਨੂੰ ਕਿਹੜਾ ਪਰਮਜੀਤ ਦੇ ਸੁਭਾਅ ਦਾ ਪਤਾ ਨਹੀਂ? ਜਦੋਂ ਤੁਸੀਂ ਸੁੱਖ ਦੀ ਮੰਗਣੀ ਕੀਤੀ ਨਾ ਤੇ ਤੁਸੀਂ ਤੇ ਸਾਨੂੰ ਦੱਸਿਆ ਤੱਕ ਨਹੀਂ, ਸਾਨੂੰ ਤੇ ਉਦੋਂ ਪਤਾ ਲੱਗਾ ਜਦੋਂ ਸਿੱਧਾ ਤੁਸੀਂ ਵਿਆਹ ਹੀ ਧਰ ਦਿੱਤਾ। ਉਹ ਭਾਬੀ ਜੀ, ਗੱਲ ਮੈਂ ਕੀ ਕਰਨੀ ਸੀ, ਮੈਂ ਤੇ ਰਿਸ਼ਤੇਦਾਰੀ ਦੇ ਮਾਣ ਤਾਣ 'ਚ ਹੀ ਰਹੀ। ਫਿਰ ਰਿਸ਼ਤੇਦਾਰੀਆਂ ਇੱਦਾਂ ਖਰਾਬ ਹੁੰਦੀਆਂ ਸੀ ਫਿਰ? ਉਹ ਭਾਬੀ, ਤੇਰੇ ਵੱਲ ਤੇ ਮੈਂ ਮਾਣ ਤਾਣ ਨਾ ਆਈ ਆ, ਮਿਹਨਤ ਤਰਲਾ ਹੀ ਆ। ਉਹਦੇ ਵੱਲ ਜਾ ਤੇ ਉਹਨੂੰ ਸਮਝਾ ਵੀ ਸਾਡੀ ਕੁੜੀ ਨੂੰ ਕਿਉਂ ਤੰਗ ਕਰਨ ਲੱਗੀ ਆ। ਚੱਲ ਉਹ ਤੇ ਮੈਂ ਜਾਊਂਗੀ, ਤੇ ਮੇਰੀ ਗੱਲ ਸੁਣ ਦੂਜੀ। ਵੇਖ ਐਡਾ ਉਹਨੇ ਮੂੰਹ ਪਾੜਿਆ ਹੀ, ਉਹ ਭੈਣ ਤੇ ਉਹ ਮੇਰੀ ਆ, ਪਰ ਤੈਨੂੰ ਵੀ ਸਮਝਾਉਣਾ ਜ਼ਰੂਰੀ ਆ ਉਹਨੂੰ। ਚੱਲ ਤਾਂ ਹੋ ਕੇ ਬਹੁਤ ਹੀ ਠੰਡ ਬੜੀ ਹੋਰ ਤੇ ਹੋਰ ਤੋਲੇ ਦੀ ਘਰਦਿਆਂ ਨੇ ਚੈਨੀ ਪਾਈ ਸੀ, ਅਗਲੀ ਨੇ ਮੋੜ ਕੇ ਤੇ ਕੁੜੀ ਦੇ ਹੱਥ ਤੇ ਰੱਖਤੀ। ਇਹ ਤੇ ਬੜਾ ਗਲਤ ਕੀਤਾ। ਉਹਦੇ ਪ੍ਰੀਤ ਗਈ ਸੀ, ਉਹ ਜਾ ਕੇ ਲੈ ਕੇ ਆਈ ਓ, ਤੇ ਮੈਂ ਤੇ ਬਥੇਰੇ ਪਰਦੇ ਪਾ ਲੈਣੇ ਸੀ। ਅਗਲੀ ਨੇ ਮੁੰਡਾ ਨਾਲ ਘੱਲਿਆ ਸੀ, ਨਿੱਕੀ ਨਿੱਕੀ ਗੱਲ ਨੋਟ ਕਰਦਾ ਵਾ, ਇਹ ਪਰਮਜੀਤ ਦੀ ਭੁੱਖ ਨਹੀਂ ਨਿਕਲਣੀ। ਅਗਲਿਆਂ ਨੇ ਲੌਕਟ ਪਵਾ ਤਾ, 40,000 ਦੀ ਚੈਨੀ ਬਣੀ, ਹੁਣ ਦੋਹਰੇ ਲੌਕਟ ਪਾ ਪੂ ਕੇ। ਫੇਰ ਭਾਜੀ ਤੇ ਬੜਾ ਗੁੱਸੇ ਹੋਇਆ ਹੋਣਾ। ਭਾਜੀ ਤੇ ਕਿਤੇ ਅੱਗ ਬਬੂਲਾ ਹੋਇਆ ਪਿਆ ਹੀ ਪੂਰਾ, ਉਹ ਤੇ ਜਿੱਦਣਾ ਦਾ ਮੈਂ ਚੱਲ ਗਿਆ ਖਲਾਰੇ ਚੰਗੇ ਪਾਉਣੇ ਆ। ਤੇ ਦੂਜੀ ਗੱਲ, ਦਵਿੰਦਰ ਤੂੰ ਚੰਗੀ ਨਹੀਂ ਕੀਤੀ, ਜਦੋਂ ਉਹਨੇ ਤੈਨੂੰ ਕਿਹਾ ਸੀ ਨਾ ਤੇ ਤੂੰ ਪਹਿਲਾਂ ਹੀ ਦੱਸ ਦੇਣਾ ਸੀ। ਇੱਕ ਕੁੜੀ ਨੂੰ ਪੈਲੀ ਦੇ ਮਿਹਣੇ ਬੜੇ ਮਾਰਦੀ ਆ ਤੇਰੀ ਭਰਜਾਈ, ਫਿਰ ਭਰਾ ਤੇਰਾ ਪੈਲੀ ਲਿਆ ਪੇਕਿਆਂ ਤੋਂ, 2 ਲੱਖਾਂ ਦੀ ਕੁੜੀ ਦੇ ਨਾਂ ਜਮ੍ਹਾਂ ਕਰਾਓ, ਕੈਸ਼ ਮੰਗਦੇ ਹੀ। ਜੇ ਚੈਨੀ ਭਾਰੀ ਕਰਾ ਕੇ ਘਰ ਜਾ ਕੇ ਹੱਥ ਤੇ ਰੱਖ ਕੇ ਆਏ ਆ ਤੇ ਨਾਲ ਹੀ ਪੈਂਦੀ ਲੈਂਦੀ ਨੇ। ਅਗਲੀ ਨੇ ਸੁਣਾ ਦਿੱਤਾ ਪ੍ਰੀਤ ਦੇ ਮੁੰਡੇ ਦੇ ਸਾਹਮਣੇ 2 ਲੱਖ ਕੈਸ਼। ਹਾਂ, ਉਹ ਕਾਹਦਾ ਮੰਗਦੀ? ਨਹੀਂ ਉਹ ਕਾਹਦਾ, ਜਦੋਂ ਰਿਸ਼ਤਾ ਹੋਇਆ ਸੀ ਨਾ
ਤੇ ਮੈਨੂੰ ਕਹਿੰਦੀ ਸੀ ਵੀ ਦੇਣ ਲੈਣ ਨਾ ਕਰੀ, ਮੈਂ ਕੀ ਕਰਨਾ, ਘਰ ਭਰਨਾ ਵਾ। ਤੇ ਮੇਰੇ ਮੂੰਹੋਂ ਮੈਨੂੰ ਖੋਤਲੀ ਦੇ ਨਿਕਲ ਗਿਆ ਵੀ ਚੱਲ ਕੋਈ ਨੀ ਤੈਨੂੰ ਕੈਸ ਦਵਾ ਦੂੰ। ਨਹੀਂ ਦਵਿੰਦਰ, ਤੂੰ ਇਹ ਬੜੀ ਵੱਡੀ ਗਲਤੀ ਕੀਤੀ ਜਿਹੜੀ ਇਹਨੂੰ ਹਾਮੀ ਭਰਤੀ। ਮੈਂ ਤੇ ਕੈਸ ਆਖਿਆ ਕਿਤੇ 10-20 ਹਜ਼ਾਰ ਦੇ ਦੂੰਗੀ ਤੇ ਅਗਲੀ ਨੇ ਤੇ 2 ਲੱਖ ਬਣਾ ਕੇ ਬੈਠੀ ਓ। ਤੇ ਜੇ ਕਿਤੇ ਵੱਡੇ ਭਾਜੀ ਨੂੰ ਪਤਾ ਲੱਗ ਗਿਆ ਨਾ, ਭਾਬੀ ਬੜੇ ਖਿਲਾਰੇ ਪੈਣੇ, ਮੈਂ ਨੀ ਜੀਣ ਜੋਗੀ ਰਹਿਣਾ। ਮੈਂ ਤੇ ਰਿਸ਼ਤਾ ਕਰਾ ਕੇ ਸੱਚੀ ਫਸ ਗਈ ਆ, ਉਧਰ ਵੀ ਰਿਸ਼ਤੇਦਾਰੀ ਤੇ ਇਧਰ ਵੀ ਰਿਸ਼ਤੇਦਾਰੀ। ਤੇ ਉਹਨੂੰ ਜਿਹੜੀ ਸਮਝਾ ਕੇ ਆ ਹੁਣ ਤੂੰ ਏਦਾਂ, ਤੇ ਫਿਰ ਪਰਮਜੀਤ ਬਹੁਤ ਗਲਤ ਦਈ ਕਰਨ। ਤੇ ਉੱਤੋਂ ਤੁਹਾਡਾ ਜਵਾਈ ਕੱਪੜਿਆਂ ਤੋਂ ਬਾਹਰ ਹੋ ਹੋ ਪੈਣ ਡਿਆ ਵਾ, ਜਾ ਕੇ ਕਹਿੰਦਾ ਆਪਣੇ ਪੇਕਿਆਂ ਤੋਂ 2 ਲੱਖ ਰੁਪਈਆ ਲਿਆ ਕੇ ਦੇ। ਦੱਸ ਕੀ ਕਰਾਂ, ਪਤਾ ਨੀ ਪਰਮਜੀਤ ਨੂੰ ਕੀ ਪ੍ਰੀਤ ਦੀ ਪੈਲੀ ਨਾਲ ਮਿੱਠਾ ਵਾ, ਮਿਹਣੇ ਮਾਰੀ ਜਾਂਦੀ ਕੁੜੀ ਨੂੰ, ਚੁੱਲ੍ਹੇ ਚ ਅੱਗ ਬਾਲਦੀ ਕੁੜੀ ਦੀ, ਤੇ ਸੱਚੀ ਉਹਨੇ ਜੂਨ ਖਰਾਬ ਕਰਤੀ ਆ। ਇਹ ਤਾਂ ਗੱਲ ਹੋਣੀ ਸੀ, ਮੈਂ ਤੇ ਹੁਣ ਇਹਨਾਂ ਨੂੰ ਦੱਸਦੀ ਨਹੀਂ ਆ। ਉਹ ਤਾਂ ਹੋਣੀ ਸੀ ਦਵਿੰਦਰ, ਜੇ ਪੈਲੀ ਦੀਆਂ ਗੱਲਾਂ ਹੁੰਦੀਆਂ ਨਾ ਤੇ ਭਾਜੀ ਨੇ ਕਿਹੜਾ ਸਹੀ ਕੀਤਾ, ਗਲਤੀ ਇੱਕ ਵਾਰ ਦੀ ਤੇ ਕਾਲਕ ਸਾਰੀ ਉਮਰ ਦੀ ਮੱਥੇ ਲੱਗਦੀ ਆ। ਉਹ ਤੇ ਮੈਂ ਭਾਬੀ ਮੰਨਦੀ ਆ, ਪਰ ਕੁੜੀ ਹੁਣ ਵੇਖੀ ਨਹੀਂ ਜਾਂਦੀ ਕਿਤੇ ਕੈਪਟਨ ਗੱਲ ਨਹੀਂ ਕਰਦਾ। ਮੈਨੂੰ ਤੇ ਨਾ ਦਿਲ ਮੇਰਾ ਵੀ ਘਾਉ ਮਾਉ ਜਿਹਾ ਕਰਦਾ, ਪਤਾ ਨਹੀਂ ਕੀ ਗੱਲ ਆ। ਉਹਦੇ ਨਾਲ ਛੱਡ, ਜਦੋਂ ਦਾ ਵਿਆਹ ਆ ਮੈਂ ਇੰਨਾ ਫੋਨ ਲਾਇਆ, ਮੁੰਡੇ ਨੇ ਕਿਤੇ ਮੇਰਾ ਫੋਨ ਨਹੀਂ ਚੁੱਕਿਆ। ਜੇ ਉਹ ਫੋਨ ਨਹੀਂ ਨਾ ਚੁੱਕਦਾ, ਹਾਂ ਮੇਰੀ ਗੱਲ ਸੁਣ, ਇਹਦੇ ਵਿੱਚ ਹੋਰ ਦਾਲ ਚ ਕਾਲਾ ਹੀ ਉਹ ਕੁਝ। ਹਾਏ ਹਾਏ, ਮੈਨੂੰ ਨਾ ਡਰਾ, ਮੈਂ ਤੈਨੂੰ ਇਹ ਗੱਲ ਆ ਨਹੀਂ ਵੀ ਤੂੰ ਜਾ ਕੇ ਉਹਦੇ ਨਾਲ ਗੱਲ ਕਰ। ਅਜੇ ਤੁਸੀਂ ਕੁੜੀ ਨੂੰ ਵਿਆਹ ਨੂੰ ਕੁਝ ਦਿਨ ਨਹੀਂ ਹੋਏ ਤੇ ਮੁੰਡਾ ਇਦਾਂ ਨਾ ਕਰੇ ਨਾ, ਕੋਈ ਦਾਲ ਚ ਕਾਲਾ ਹੈਗਾ ਹੀ ਉਹ। ਬਾਕੀ ਇਦਾਂ ਵਾ ਕਿ ਅੱਜ ਆ ਪਿੰਡ ਚ ਥੋੜਾ ਜਿਹਾ ਭੋਗ ਕੀਤੇ ਤੇ ਮੈਂ ਥੋੜਾ ਜਿਹਾ ਜ਼ਰੂਰੀ ਜਾਣਾ ਵਾ, ਮੈਂ ਸਵੇਰੇ ਜਾਊਂਗੀ ਪਰਮਜੀਤ ਵੱਲ। ਚੱਲ ਭਾਬੀ ਮਿਹਨਤ ਕਰ ਲਈ ਆ, ਜਾ ਹੀ ਉਹਨੂੰ ਸਮਝਾ। ਕੋਈ ਨਹੀਂ, ਮੈਂ ਦੀ ਰਿਸ਼ਤੇਦਾਰੀ ਆ, ਛੱਡੀ ਵੀ ਨਹੀਂ ਜਾਣੀ ਵੀ ਤੂੰ ਕਹੇਂਗੀ ਵਿਆਹ ਆ ਤੇ ਛੱਡਤਾ, ਕਿਤੇ ਵਿਆਹਣੀਆਂ ਸੌਖੀਆਂ ਨਹੀਂ ਧੀਆਂ ਪੁੱਤ। ਚੱਲ ਕੋਈ ਨਹੀਂ, ਮੈਂ ਜਾਊਂਗੀ ਸਵੇਰੇ ਤੇ ਮੈਂ ਸਮਝਾਉਂਗੀ ਇਹਨੂੰ। ਤੂੰ ਐਵੇਂ ਨਾ ਟੈਨਸ਼ਨ ਲਈ ਜਾ, ਤਾਂ ਹੋ ਕੇ ਬਹਿ, ਮੈਂ ਰਜਾਈ ਲਿਆਵਾਂ ਤੇ ਨਾਲੇ ਮੈਂ ਚਾਹ ਬਣਾ ਕੇ ਲਿਆਵਾਂ ਤੇਰੇ ਵਾਸਤੇ, ਚੰਗਾ? ਟੈਨਸ਼ਨ ਨਾ ਲੈ ਤੂੰ। ਦਵਿੰਦਰ ਚਾਹ ਪੀ, ਬਹਿਜੋ ਤੁਸੀਂ ਵੀ। ਸਾਗ ਸੌਦੇ ਕਰਮਾਂ ਨਾਲ ਧੀ ਭੈਣ ਤੇ ਕਦੀ ਦੁਖੀ ਹੋਵੇ ਨਾ। ਆਹੋ, ਉਹ ਤੇ ਗੱਲ ਹੈਗੀ ਆ। ਤੇ ਨਾਲੇ ਮੈਨੂੰ ਦੱਸੀ ਵੀ ਆ ਚਾਚੇ ਹੋਣਾ ਹਿਸਾਬ ਕਿਤਾਬ ਕਰਤਾ ਠੇਕੇ ਦਾ? ਕਰਤਾ, ਕਰਕੇ ਗਏ ਸੀ ਉਹ ਸਾਰਾ ਕੁਝ। ਤੇ ਨਾਲੇ ਹੁਣ ਇੱਦਾਂ ਕਰੀ ਵੀ ਮੋਟਾ ਵਧੀਆ ਸੂਟ ਬਣਾ ਲਈ, ਠੰਡ ਵਾ, ਤੇ ਆਵੀਂ ਨਾਲੇ ਬਣਾ ਕੇ ਲੈ ਕੇ ਆਵੀਂ, ਚੰਗਾ? ਚੱਲ ਠੀਕ ਆ, ਆਊਂਗੀ ਬਣਾ ਕੇ। ਤੇ ਹੋਰ ਭਾਬੀ ਮੈਨੂੰ ਇਹ ਦੱਸ ਵੀ ਵੀਰ ਨੂੰ ਜਾ ਕੇ ਕੰਮ ਮਿਲ ਗਿਆ, ਉੱਥੇ ਲੱਗ ਗਿਆ ਕੰਮ ਤੇ? 2 ਕੁ ਦਿਨ ਵਿਹਲੇ ਬੈਠੇ ਸੀ। ਅੱਛਾ, ਮਿਲ ਗਿਆ ਹੁਣ? ਅੱਛਾ, ਮੈਨੂੰ ਤਾਂ ਜਾ ਕੇ ਉਹਨੇ ਫੋਨ ਵੀ ਨਹੀਂ ਕੀਤਾ, ਤੈਨੂੰ ਸੁਨੇਹਾ ਲਾਵੇ ਵੀ ਫੋਨ ਕਰੇ। ਉਹ ਫਿਰ ਦੂਜੇ ਥਾਂ ਕੰਪਨੀ ਚ ਗਏ ਸੀ ਨਾ, ਤਾਂ ਕਰਕੇ। ਉਹ ਸਾਸੀ ਕਾਲ ਕਿੱਥੇ ਗਿਆ ਸੀ ਮੇਰਾ ਪੁੱਤ? ਖੇਡਣ ਗਿਆ ਸੀ। ਤੇ ਠੰਡ ਵਾ, ਟੋਪੀ ਲਾ ਲਾ, ਚੰਗਾ? ਹਾਂ, ਤੇ ਚੱਲ ਵਧੀਆ। ਬੱਚੇ ਕਿੱਥੇ ਟੋਪੀ ਪਾਉਂਦੇ ਆ, ਹਾਏ ਠੰਡ ਹੈ ਹੀ ਬੜੀ, ਕਹਿਣਾ ਹੀ ਨਹੀਂ ਮੰਨਦੇ। ਬਦਲ ਲੈ ਕੱਪੜੇ। ਆਹੋ ਬਦਲ ਲਏ ਆ, ਲੈ ਚਾਹ ਪੀ ਲਾ। ਤੇ ਅੱਜ ਗਲਾਸੀ ਅੱਜ ਚਾਹ ਲੈਂਦੀ ਆ, ਠੰਡੀ ਹੋ ਜਾਂਦੀ ਕੱਪਾਂ ਚ, ਮੈਨੂੰ ਨਹੀਂ ਮਜ਼ਾ ਆਉਂਦਾ। ਆਹੋ, ਇਹ ਤਾਂ ਗੱਲ ਹੈਗੀ, ਇੱਥੇ ਆ ਜਾ। ਮੇਰੀ ਗੱਲ ਸੁਣ। ਹੈਂ? ਹੋਈ ਸੀ ਗੱਲ ਤੇਰੀ ਭਰਜਾਈ ਨਾਲ? ਕੀ ਕਹਿੰਦੀ? ਗੱਲ ਤੇ ਹੋਈ ਆ, ਪਹਿਲਾਂ ਤਾਂ ਨਾਂਹ ਨੁੱਕਰ ਜੀ ਕਰਦੀ ਸੀ, ਮੈਂ ਕੀ ਕਹੂੰਗੀ ਉਹਨੂੰ, ਮੈਂ ਸਮਝਾਇਆ ਬਥੇਰਾ। ਮੈਂ ਆਪ ਹੀ ਜਾਣਾ ਤੇ ਪੈਣਾ ਹੀ ਆ, ਮੈਂ ਜੇ ਵੱਡੇ ਭਾਜੀ ਨੂੰ ਪਤਾ ਲੱਗ ਗਿਆ ਤੇ ਖਿਲਾਰੇ ਜ਼ਿਆਦਾ ਹੀ ਪੈ ਜਾਣੇ ਆ। ਹੋਰ ਕੀ ਆ, ਖਿਲਾਰੇ ਤੇ ਪੈਣੇ। ਦਵਿੰਦਰ ਤੂੰ ਹਾਂ ਗੱਲ ਕਰਨ ਡਈ ਆ, ਮੈਂ ਤਾਂ ਰਾਤੀ ਕਿੰਨੀ ਰਾਤ ਤੱਕ ਸੋਚਦੀ ਰਹੀ, ਨੀਂਦ ਨਾ ਆਵੇ। ਮੈਨੂੰ ਤੇ ਇਹ ਗੱਲ ਦੀ ਟੈਨਸ਼ਨ ਲੱਗੀ ਆ ਕਿ ਜਿੱਦਾਂ ਅਗਲੀ 1/2 ਕਿੱਲੇ ਦਾ ਮੁੱਲ ਸੁਣਾਉਣ ਡਈ, ਨਾ ਇਹਨਾਂ ਨੇ 1/2 ਕਿੱਲਾ ਉਹਨੂੰ ਦੇਣਾ, ਤੇ ਜਿੱਦਾਂ ਦੀ ਉਹ ਜਨਾਨੀ, ਨਾ ਉਹਨੇ ਖਹਿੜਾ ਛੱਡਣਾ। ਇਹ ਗੱਲ ਬੜੀ ਦੂਰ ਤੱਕ ਜਾਣੀ ਆ ਜੇ ਸੋਚੀਏ ਤੇ। ਮੈਨੂੰ ਤੇ ਆ ਇਹ ਡਰ ਵਾ, ਰਾਤ ਦਿਨ ਟੈਨਸ਼ਨ ਖਾਈ ਜਾਣ ਡਈ ਵੀ ਕਿਤੇ ਸੁੱਖ ਨੂੰ ਜਿੱਦਾਂ ਮੂੰਹ ਤੇ ਇੰਨੀਆਂ ਗੱਲਾਂ ਕਰਦੀ ਆ, ਕਿਤੇ ਸੁੱਖ ਚੁੱਕ ਫੋਨ ਆਪਣੇ ਵੀਰ ਨੂੰ ਨਾ ਲਾ ਦੇ ਵੱਡੇ ਨੂੰ। ਜੇ ਕਿਤੇ ਵੱਡੇ ਭਾਜੀ ਨੂੰ ਉਹਨੇ ਫੋਨ ਲਾ ਤਾ ਤੇ ਸਾਡੇ ਘਰ ਲੱਲਾ ਪਟਟ ਪਏ ਲੈ। ਜਿੱਦਾਂ ਦੀ ਉਹ ਜਨਾਨੀ, ਉਹ ਡਰਦੀ ਆ, ਕਹਿੰਦੀ ਕੋਈ ਤੂੰ ਡਰਦੀ ਹੋਏਗੀ ਭਾਜੀ ਤੋਂ, ਮੈਂ ਨਹੀਂ ਡਰਦੀ। ਆਹੋ ਤੇ ਮੈਂ ਕਹਿੰਦੀ ਆ ਇਹੋ ਗੱਲਾਂ ਤੈਨੂੰ, ਪਿੱਛੇ ਵਿੱਚ ਗੱਲ ਨੂੰ ਸਮੇਟ ਲਾ, ਇਹਨਾਂ ਤੱਕ ਗੱਲ ਚੱਲ ਗਈ ਤੇ ਇਹਨਾਂ ਨੇ ਬਹੁਤ ਖੱਲਣ ਪਾਉਣੀ ਆ। ਭਾਬੀ ਨੇ ਤੇ ਮੈਨੂੰ ਪੂਰਾ ਯਕੀਨ ਦਵਾਇਆ ਵਾ ਵੀ ਮੈਂ ਜਾ ਕੇ ਤੇ ਉਹਦੇ ਕੰਨ ਖਿੱਚਦੀ ਆ,
ਮੈਂ ਕਿਹਾ ਚੰਗੀ ਤਰ੍ਹਾਂ ਉਹਨੇ ਦਿਮਾਗ 'ਚ ਬਾਲੀ ਵੀ ਰਿਸ਼ਤੇਦਾਰੀ ਛੁੱਟਣ ਵਾਲੀ ਨਹੀਂ ਆ ਅਤੇ ਕੁੜੀ ਨੂੰ ਨਾ ਤਦੀਆਂ ਦੇ। ਜਦੋਂ ਤੈਨੂੰ ਅਸੀਂ ਚੇਨ ਮੋਟੀ ਕਰਾਤੀ ਉਹ 'ਚ ਲੋਕ ਟਪਵਾ ਤਾ, ਹੁਣ ਆਹ ਬਾਕੀ ਕੈਸ ਵਾਲੀ ਗੱਲ ਪਿੱਛੇ ਰਹਿ ਗਈ ਕਿਤੇ। ਪਰ ਜਾਨ ਨੂੰ ਤਾਂ ਚੱਲ ਵਿਚਾਰੀ ਉਹ ਜਾਊਗੀ, ਪਰ ਗੱਲ ਤਾਂ ਮੰਨਣ ਦੀ ਆ ਨਾ, ਤੈਨੂੰ ਕੀ ਲੱਗਦਾ ਉਹਦੀ ਗੱਲ ਉਹ ਮੰਨ ਲੂਗੀ? ਮੈਨੂੰ ਤਾਂ ਨਹੀਂ ਲੱਗਦਾ ਦੇਵਿੰਦਰ। ਮੈਨੂੰ ਤਾਂ ਆਪ ਨਹੀਂ ਲੱਗਦਾ, ਮੈਨੂੰ ਤਾਂ ਇਹ ਆ ਵੀ ਮੈਂ ਕਿਹੜੇ ਵੇਲੇ ਘੜੀ ਨੂੰ ਹਾਂ ਕਰ ਬੈਠੀ ਵੀ ਤੈਨੂੰ ਮੈਂ ਕੈਸ ਦਵਾ ਦੂੰਗੀ। ਅੱਜ ਮੈਂ ਪਛਤਾਉਣ ਡਈ ਆ ਉਹ ਵੇਲੇ ਘੜੀ ਨੂੰ, ਮੈਂ ਤੇ ਕੁੜੀ ਸੱਚੀ ਡੋਬ ਵੀ ਦਿੱਤੀ ਆ। ਮੈਂ ਤੇ ਭਲਾ ਕੀਤਾ ਸੀ ਵੀ ਚੱਲ ਰਿਸ਼ਤੇਦਾਰੀ 'ਚ ਜਾਊਗੀ ਤੇ ਮੈਨੂੰ ਵੀ ਜਗ ਦੀ ਸੁੱਭ ਆਊਗੀ ਵੀ ਭਰਜਾਈ ਨੇ ਆਪਣੇ ਸਾਕਾਂ 'ਚ ਧੀ ਦਿੱਤੀ ਆਪਣੀ। ਅਗਲਾ ਤਾਂ ਰਾਤੀ ਕਹਿਣ ਡਿਆ ਸੀ ਆਉਂਦਾ ਸੀ ਹੁਣ ਮੈਂ ਕੋਈ ਗੱਲਬਾਤ ਸੁਣ ਲਈ ਨਾ, ਸਾਰੇ ਜਾਣੇ ਇਕੱਠੇ ਹੋ ਕੇ ਜਾਵਾਂਗੇ, ਤੇ ਜਦੋਂ ਸਾਰੇ ਜਾਣੇ ਇਕੱਠੇ ਹੋ ਕੇ ਗਏ ਫਿਰ ਤੇ ਸਾਰੀਆਂ ਗੱਲਾਂ ਖੁੱਲਣੀਆਂ ਹੀ ਆ। ਲਾਰੇ ਪੈ ਜਾਣੇ, ਅਗਲੀ ਨੇ ਸਿੱਧਾ ਸਿੱਧਾ ਤੇਰਾ ਨਾਂ ਲਾਉਣਾ ਤੇ ਤੂੰ ਸਾਰੇ ਬੰਨਿਆਂ ਤੋਂ ਫਸ ਜਾਣਾ। ਮੈਨੂੰ ਤੇ ਇੱਕ ਝੂਠ ਛਪਾਉਣ ਦੇ ਬਦਲੇ ਕਿੰਨੇ ਕੁ ਝੂਠ ਬੋਲੇਂਗੀ। ਗਰਕ ਜਾਣੇ ਦੀ ਸਮਝ ਨਹੀਂ ਆਉਣ ਡਈ ਕੈਪਟਨ ਦੀ ਵੀ ਅੱਗੋਂ ਤੂੰ ਪਿੱਛੋਂ ਮੇਰੀ ਜਾਨ ਖਾਂਦਾ ਰਹਿੰਦਾ ਫੋਨ ਕਰਕੇ ਰਾਜੀ ਬਾਜੀ ਪੁੱਛਦਾ। ਜਦੋਂ ਦੀ ਸੁੱਖ ਵਿਆਹੀ ਚਲ ਗਈ ਮੁੰਡੇ ਨੇ ਮੇਰਾ ਫੋਨ ਚੁੱਕਿਆ ਤੱਕ ਨਹੀਂ ਤੇ ਨਾ ਮੈਨੂੰ ਫੋਨ ਕੀਤਾ ਵਾ। ਤੇ ਔਖਾ ਉਹ ਵੀ ਇਸੇ ਗੱਲੋਂ ਹੋਣਾ ਮਾਂ ਵਾਂਗੂ ਦੇਣ ਲੈਣ ਤੋਂ ਹੀ। ਮਾਂ ਨੇ ਕੀਤਾ ਕੀ ਚੁੱਕਿਆ ਵਾ ਤੇ ਕੀ ਨਹੀਂ, ਉਹਨੂੰ ਪੜਤਾ ਪੜਾਈਆਂ ਜਿਹੜਾ ਕੁੜੀ ਨਾਲ ਫੋਨ ਵੀ ਨਹੀਂ ਕਰਦਾ। ਹੋਰ ਤੇ ਹੋਰ ਲੋਕਾਂ ਨੇ ਕਹਿਣਾ ਏਡੇ ਵੱਡੇ ਮੁੰਡਾ ਬਾਹਰ ਗਿਆ ਵਾ ਕੰਟਰੀ ਚ। ਲੋਕਾਂ ਨੇ ਤੇ ਜਿਹੜਾ ਕਹਿਣਾ ਇਹਨਾਂ ਸਾਰਿਆਂ ਨੇ ਕਹਿਣਾ ਵੀ ਦੇਵਿੰਦਰ ਨੇ ਕਰਾਇਆ। ਤੇ ਕੁੜੀ ਕੋ ਚੱਪਾ ਜਿੰਨਾ ਫੋਨ ਵੀ ਨਹੀਂ ਆ, ਕਿਤੇ ਫੋਨ ਨਹੀਂ ਦਿੰਦੀ ਜਨਾਨੀ, ਮੈਂ ਕੀ ਕਰਾਂ ਦੀਦੀ? ਮੈਂ ਤੇ ਫਸ ਗਈ ਆ, ਭੈਣ ਤੇ ਮੇਰੀ ਆ। ਹੁਣ ਭਾਬੀ ਦਾ ਚਲੋ ਤਰਲਾ ਮਿੰਤ ਕੀਤੀ ਆ, ਹੁਣ ਜਾਊਗੀ ਦੱਸੂਗੀ, ਉਹਨਾਂ ਚਿਰ ਕਿੱਥੇ ਨੀਂਦ ਆਉਂਦੀ ਆ। ਅੰਤਰੀ ਟੈਨਸ਼ਨ ਨਾਲ ਤੇ ਨਾੜਾਂ ਹੀ ਫੜਦੀਆਂ ਜਾਣ ਡੀਆਂ ਮੇਰੀਆਂ। ਚੱਲ ਤੇ ਚਿੰਤਾ ਨਾ ਕਰ, ਵੇਖੀ ਜਾਊ ਜਿਹੜੀ ਜਿਹੜੀ ਗਲਤੀ ਹੋ ਗਈ ਹੋ ਗਈ, ਹੁਣ ਜ਼ਿਆਦਾ ਸੋਚਿਆ ਕੋ ਬਦਲ ਤੇ ਜਾਣਾ ਨਹੀਂ ਆ, ਬਹੁਤੀ ਤਾਂ ਤਾਂ ਜਾਊਗੀ ਤੇ ਵੇਖ ਲਾਂਗੇ। ਇੱਕ ਤੇ ਮੈਂ ਜਦੋਂ ਜਾਨੀ ਆ ਮੈਨੂੰ ਤੇ ਗੁਰਨਾਮ ਸੋਹਣੀ ਭਾਜੀ ਟੱਕਰਦਾ, ਜੇ ਕਿਤੇ ਜੀਜਾ ਹੀ ਟੱਕਰੇ ਤੇ ਮੈਂ ਉਹਦੇ ਨਾਲ ਹੀ ਗੱਲ ਕਰਾਂ, ਉਹਦੇ ਕੰਨਾਂ 'ਚ ਉਹਦੀ ਕੱਢਾਂ ਵੀ ਕੀ ਗੱਲ ਕੈਪਟਨ ਕੁੜੀ ਨੂੰ ਫੋਨ ਕਿਉਂ ਨਹੀਂ ਕਰਦਾ। ਉਹ ਵੀ ਜਦੋਂ ਮੈਂ ਕਿਤੇ ਜਾਵਾਂ ਪੈਲੀ 'ਚ ਗਿਆ ਵਾ ਬੰਬੀ 'ਤੇ ਗਿਆ ਵਾ ਇੱਦਾਂ ਹੀ ਕਰ ਛੱਡਦੀ, ਆਪਣੀ ਉਹਦੀ ਪ੍ਰਧਾਨਗੀ ਉੱਥੇ ਤੇ। ਚੱਲ ਕੋਈ ਨਹੀਂ ਵੇਖੀ ਜਾਊਗੀ, ਉਸ ਟਾਈਮ ਵਾਹਵਾ ਹੀ ਹੋ ਗਿਆ ਵਾ, ਬਣਾ ਲਈਏ ਕੋਈ ਮੰਮੀ ਦੇਈ ਗਾਜਰਾਂ ਚੀਜ਼ ਨਾ। ਆਹੋ ਚੱਲ ਸਬਜ਼ੀ ਬਣਾ ਲਾ, ਮੈਂ ਵੀ ਤੜਕਾ ਲਾ ਲਾ। ਤੂੰ ਲਾ ਹਾਂ ਤੜਕੇ, ਤੈਨੂੰ ਕਾਹਦੀ ਟੈਨਸ਼ਨ ਆ, ਤੜਕਾ ਤੇ ਮੇਰਾ ਲੱਗਣਾ ਵਾ ਜਦੋਂ ਸਾਰੇ ਪਾਸਿਓਂ ਗੱਲਾਂ ਖੁੱਲ ਗਈਆਂ। ਆ ਗਈ ਦਵਿੰਦਰ? ਹਾਂਜੀ ਆ ਗਈ। ਠੀਕ ਆ, ਬੱਚੇ ਬੱਚੇ ਸੁਣੀ ਨੇ? ਹਾਂ ਠੀਕ ਠਾਕ, ਘਰੇ ਹੀ ਛੁੱਟੀ ਸੀ ਨਾ। ਕੀ ਆਂਦੀ ਫਿਰ? ਉਹ ਕਹਿਣਾ ਕੀ ਆ, ਕਹਿੰਦੀ ਕੋਈ ਨਹੀਂ ਮੈਂ ਜਾਊਂਗੀ। ਆਹੋ ਤੇ ਦੱਸਣੀ ਆ ਆਪਣੀ ਕਰਤੂਤਾਂ, ਮੈਂ ਕੀ ਕਰਦੀ ਆ ਫਿਰਦੀ ਉੱਥੇ? ਉਹ ਜੋਬਨ ਛੱਡ ਵੀ ਦੋ ਹੁਣ ਗੱਲ, ਬਾਰ ਬਾਰ ਸਾਰਾ ਟੱਬਰ ਇਹੋ ਗੱਲ ਕਰੀ ਜਾਂਦੇ ਜੇ ਮੇਰੇ ਤੇ ਅੱਗੇ ਬੜੀ ਦਿਮਾਗ ਤੇ ਟੈਨਸ਼ਨ ਆ। ਤੇ ਤੇਰੀ ਤੇ ਟੈਨਸ਼ਨ ਹੈਗੀ ਜਿਹੜੀਆਂ ਸਾਡੀਆਂ ਟੈਨਸ਼ਨਾਂ ਵਧਾਈਆਂ ਤੂੰ? ਹੁਣ ਮੈਂ ਦੱਸਾਂ ਹੀ ਆਪੇ ਮਸਲਾ ਹੱਲ ਕਰੂਗੀ ਜਾਊਗੀ ਹੁਣ। ਜੋਬਨ ਮੇਰੇ ਮਗਰੋਂ ਕੋਈ ਗੱਲ ਤਾਂ ਨਹੀਂ ਕਰਦੇ ਘਰਦੇ। ਮਾਤਾ ਡਈ ਮੇਰੇ ਕੋਲ ਸੂਹਾਂ ਲੈਣ ਵੀ ਇਹ ਜਿਹੜੇ ਪੰਗੇ ਨੇ ਪਾਏ ਆ ਹੁਣ ਨਿਬੇੜਦੀ ਫਿਰਦੀ ਬਾਹਰੋਂ ਬਾਹਰ, ਇੱਕੋ ਲੰਬੜਦੇ ਨਹੀਂ ਹੈਗੇ ਤੇ ਵੀਰ ਵੀ ਬੁੜ ਬੁੜ ਗਾਂਡਿਆ, ਪਤਾ ਸਾਰਿਆਂ ਨੂੰ ਵਿੱਚ ਥੋੜ੍ਹਾ ਥੋੜ੍ਹਾ ਸਾਰਿਆਂ ਨੂੰ ਹੈਗਾ ਵਾ, ਅਜੇ ਮੂੰਹ ਨੂੰ ਕੋਈ ਗੱਲ ਨਹੀਂ ਕਰਦਾ ਵੀ ਤੈਨੂੰ ਕਹਿਣਾ ਆਉਂਦਾ ਵੀ 2 ਲੱਖ ਮੰਗਦੀ ਵਾਕਿਆ। ਉਹ ਜੋਬਨ ਮਸਲੇ ਤੇ ਭਾਵੇਂ ਬਾਹਰੋਂ ਬਾਹਰ ਹੱਲ ਹੋ ਹੀ ਜਾਣ, ਮੈਨੂੰ ਤੇ ਇਹ ਟੈਨਸ਼ਨ ਆ, ਇਹ ਡਰ ਲੱਗਣ ਡਿਆ ਵਾ ਵੀ ਕਿਤੇ ਕਿਤੇ ਸੁੱਖ ਨਾ ਭਾਜੀ ਨੂੰ ਫੋਨ ਕਰਦੇ, ਜੇ ਕਿਤੇ ਭਾਜੀ ਨੂੰ ਫੋਨ ਕਰਤਾ ਨਾ ਫਿਰ ਕਲਾਰਾ ਸਾਹਮਣਾ ਬੜਾ ਮੁਸ਼ਕਲ ਹੋ ਜਾਣਾ ਵਾ। ਜੇ ਉਹਨੇ ਕੁੜੀ ਨੂੰ ਜ਼ਿਆਦਾ ਗਲਾਸਿਆ ਨਾ ਤੇ ਉਹਨੇ ਦੱਸ ਵੀ ਦੇਣਾ ਤੇ ਫਿਰ ਪੰਗਾ ਹੋਰ ਵੱਧ ਜਾਣਾ, ਫਿਰ ਇਹ ਜਾਣਗੇ ਤੇ ਫਿਰ ਜਲੂਸ ਪੂਰਾ ਨਿਕਲਣਾ ਹੀ, ਤੇਰਾ ਤੇ ਜਿਹੜਾ ਨਿਕਲਣਾ ਨਾਲ ਸਾਡਾ ਤੇ ਜ਼ਿਆਦਾ ਨਿਕਲਣਾ ਮੇਰਾ ਤੇ। ਭਾਬੀ ਨੂੰ ਤੇ ਮੈਂ ਕਿਹਾ ਅੱਜ ਹੀ ਜਾ ਆ, ਉਹ ਆਉਂਦੀ ਸੀ ਪਿੰਡ 'ਚ ਭੋਗ ਆ, ਉੱਥੇ ਜਾ ਕੇ ਫਿਰ ਹੀ ਜਾਊਂ ਹੁਣ। ਇਹ ਤਾਂ ਹੁਣ ਤੂੰ ਵੇਖ ਤੇ ਭਾਬੀ ਵੇਖੇ, ਪਰ ਜੇ ਗੱਲ ਵੱਧ ਗਈ ਜਾਂਦੀ ਤੇ ਲੜਾਈ ਬਹੁਤ ਹੋਣੀ ਹੈ। ਜੇ ਸੁੱਖ ਨੇ ਦੱਸਤਾ, ਜੇ ਉਹਨੇ ਜ਼ਿਆਦਾ ਤੰਗ ਕੀਤਾ ਕੁੜੀ ਨੂੰ, ਉਹਨੇ ਦੱਸ ਦੇਣਾ ਫੋਨ 'ਤੇ। ਅਜੇ ਮੈਨੂੰ ਦੱਸੋ ਤਾਂ ਮੈਂ ਪਰਦਾ ਪਾ ਲੂੰਗਾ, ਜੇ ਉਹਨੇ ਦੱਸਤਾ ਸਿੱਧਾ ਵੀਰ ਨੂੰ ਇੱਕ ਬਾਤ ਪੂਰਾ ਹੋਣੀ, ਫਿਰ ਤੂੰ ਆਪਣਾ ਬੇਲਾ ਕਰ ਲਾ ਕੀ ਬਣਨਾ, ਚਾਹੇ ਦੇਈ 2 ਲੱਖ ਰੁਪਈਆ ਚਾਹੇ ਫਿਰ ਤੂੰ ਨਿਕਲੀ ਬਾਹਰ। ਫਿਰ ਕੀ ਗੱਲ ਹੋਈ ਆ? ਹੈਂ ਚੁੱਪ ਚੁੱਪ।